ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਵਲੀ ਜੀ, ਰੱਬ ਇੱਕ, ਜੈ ਸਾਈਂ ਜੀ 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਉਹ ਮਿਲਦੀ ਰਹੇ। ਬਾਬਾ ਜੀ ਕਹਿੰਦੇ ਆ ਕਿ ਇਹ ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਭਾਵੇਂ ਸੂਲੀ ਚੜ੍ਹਨਾ ਪੈ ਜਾਵੇ, ਨੱਚ ਨੱਚ ਕੇ ਯਾਰ ਮਨਾ ਲੈਂਦਾ, ਭਾਵੇਂ ਕੰਜਰੀ ਬਣਨਾ ਪੈ ਜਾਵੇ। ਕਿਉਂਕਿ ਫਕੀਰ ਉਹ ਹੈ ਜੋ ਹਰ ਇੱਕ ਚੀਜ਼ ਦੇ ਵਿੱਚ, ਹਰ ਇੱਕ ਰੰਗ ਦੇ ਵਿੱਚ ਉਹਨਾਂ ਨੂੰ ਉਸ ਖੁਦਾ ਦੇ ਹੀ ਦੀਦਾਰ ਹੁੰਦੇ। ਅਸਲ ਫਕੀਰ ਹੀ ਉਹ ਹੈ ਬਾਬਾ ਜੀ। ਅੱਜ ਐਸੇ ਹੀ ਫਕੀਰ ਰਹਿਮਤਾਂ ਦੇ ਮਾਲਕ ਫਕਰ ਬਾਬਾ ਮੁਹੰਮਦ ਸੈਯਦ ਜੀ, ਬੜੇ ਪਹੁੰਚੇ ਹੋਏ ਫਕੀਰ, ਔਰ ਇਹਨਾਂ ਦੇ ਜਿਹੜੇ ਮੁਰਸ਼ਦ ਸੀ ਉਹਨਾਂ ਦਾ ਨਾਮ ਸੀ ਫਕੀਰ ਫੁਰਕਨ। ਬੜੀਆਂ ਉਹ ਵੀ ਚੜ੍ਹਦੀ ਕਲਾ ਵਾਲੇ ਮਾਲਕ ਬਾਬਾ ਜੀ। ਜਿਹੜਾ ਸ਼ਾਹਜਹਾਂ ਸੀ ਨਾ, ਉਹ ਇਹਨਾਂ ਦਾ ਬੜਾ ਆਦਰ ਕਰਦਾ ਸੀ, ਸਨਮਾਨ ਕਰਦਾ ਸੀ ਮੁਹੰਮਦ ਸੈਯਦ ਜੀ ਦਾ। ਦਾਰਾ ਸ਼ਿਕੋਹ ਤਾਂ ਉਹਨਾਂ ਦਾ ਭਗਤ ਸੀ। ਜਿਹੜਾ ਔਰੰਗਜ਼ੇਬ ਸੀ ਉਹ ਇਸੇ ਕਾਰਨ ਇਹਨਾਂ ਤੋਂ ਨਾਰਾਜ਼ ਰਹਿੰਦਾ ਸੀ, ਕਿਉਂਕਿ ਜਦੋਂ ਔਰੰਗਜ਼ੇਬ ਸੱਤਾ 'ਚ ਆਇਆ ਤਾਂ ਉਹਨੇ ਪਹਿਲਾ ਕੰਮ ਇਹੀ ਕੀਤਾ, ਉਹਨੇ ਫਕਰ ਹਜ਼ਰਤ ਮੁਹੰਮਦ ਸੈਯਦ ਨੂੰ ਜੇਲ੍ਹ 'ਚ ਪਾਇਆ। ਬਾਬਾ ਜੀ ਪਹਿਲਾ ਕੰਮ ਹੀ ਇਹ ਕੀਤਾ, ਬੜਾ ਸਤਾਇਆ ਅਤੇ ਅਖੀਰ ਦੇ ਵਿੱਚ ਉਹਨਾਂ ਨੂੰ ਸੂਲੀ ਦੇ ਦਿੱਤੀ। ਫਕੀਰ ਹੱਸ ਕੇ ਸੂਲੀ ਨੂੰ ਗੱਲ ਨਾ ਲਾਇਆ, ਜ਼ਰਾ ਗੌਰ ਕਰਨਾ ਇਸ ਗੱਲ 'ਤੇ ਬਾਬਾ ਜੀ ਕਿ ਉਹ ਫਕੀਰ ਸੂਲੀ ਨੂੰ ਵੇਖ ਕੇ ਕੀ ਬੋਲੇ। ਸੂਲੀ ਸਾਹਮਣੇ, ਮੌਤ ਸਾਹਮਣੇ ਹੈ, ਤਾਂ ਉਹਨਾਂ ਨੇ ਕੀ ਗੁਣਗੁਣਾਇਆ। ਮੁਹੰਮਦ ਸੈਯਦ ਸਾਹਿਬ ਇੱਕ ਅਕਸਰ ਉਹ ਗੀਤ ਗਾਇਆ ਕਰਦੇ ਸੀ, ਉਹ ਗੀਤ ਜਿਹੜਾ ਗਾਉਂਦੇ ਸੀ ਉਹਦਾ ਮਤਲਬ ਇਹ ਸੀ ਕਿ ਮੈਂ ਭਗਤਾਂ ਦਾ ਵੀ ਭਗਤ ਹਾਂ, ਕਿ ਜਿਹੜੇ ਭਗਤ ਹੈ ਨਾ, ਜਿਹੜੇ ਉਸ ਮਾਲਕ ਦੇ ਆਸ਼ਕ ਹੈ, ਮੈਂ ਉਹਨਾਂ ਦਾ ਆਸ਼ਕ ਹਾਂ, ਕਿਉਂਕਿ ਰੱਬ ਤੱਕ ਪਹੁੰਚਣਾ ਹਜੇ ਮੇਰੇ ਮੁਕੱਦਰ 'ਚ ਨਹੀਂ, ਕਿਉਂਕਿ ਭਗਵਾਨ ਤਾਂ ਬਹੁਤ ਦੂਰ ਹੈ ਅਤੇ ਮੈਂ ਉਹਨੂੰ ਕਿੱਦਾਂ ਪਹਿਚਾਣਾ। ਮੈਂ ਉਹਦੇ ਭਗਤਾਂ ਨੂੰ, ਮੈਂ ਉਹਦੇ ਭਗਤ ਪਿਆਰਿਆਂ ਨੂੰ ਪਿਆਰ ਕਰਦਾ ਹਾਂ, ਮੈਂ ਉਹਦੇ ਭਗਤ ਪਿਆਰਿਆਂ ਦਾ ਭਗਤ ਹਾਂ। ਜ਼ਰਾ ਗੌਰ ਕਰਨਾ, ਗੁਰੂਆਂ ਦਾ ਦਾਸ ਹਾਂ, ਜ਼ਰਾ ਗੌਰ ਕਰਨਾ। ਉਹ ਕਹਿੰਦੇ ਮੈਂ ਉਹਦੇ ਭਗਤਾਂ ਨੂੰ ਵੇਖ ਲੈਂਦਾ ਹਾਂ, ਉਹਨਾਂ ਵਿੱਚੋਂ ਹੀ ਮੈਨੂੰ ਉਹਦਾ ਦੀਦਾਰ ਹੋ ਜਾਂਦਾ ਆ ਅਤੇ ਜਦੋਂ ਮੈਂ ਉਹਨਾਂ ਨੂੰ ਪਹਿਚਾਣ ਲਵਾਂ ਚੰਗੀ ਤਰ੍ਹਾਂ ਤਾਂ ਮੇਰੀ ਤ੍ਰਿਪਤੀ ਹੋ ਜਾਂਦੀ ਹੈ। ਉਹ ਗੀਤ ਇਹ ਗਾਇਆ ਕਰਦੇ ਸੀ, ਉਹ ਇੱਕ ਗੀਤ ਗਾਇਆ ਕਰਦੇ ਸੀ ਜਿਹਦੇ ਕਰਕੇ ਸਾਰੇ ਜਿਹੜੇ ਲੋਕ ਸੀਗੇ ਉਸ ਵਕਤ ਬਾਬਾ ਜੀ ਉਹਨਾਂ ਦੇ ਦੁਸ਼ਮਣ ਬਣੇ, ਉਹ ਗੀਤ ਗਾਇਆ ਕਰਦੇ ਸੀ। ਉਹਦੀਆਂ ਕੁਛ ਪੰਕਤੀਆਂ ਹੈ ਕਿ ਮੈਂ ਯਹੂਦੀ ਵੀ ਹਾਂ, ਜ਼ਰਾ ਗੌਰ ਕਰਨਾ, ਕਿ ਮੈਂ ਯਹੂਦੀ ਵੀ ਹੂੰ, ਮੈਂ ਮੁਸਲਮਾਨ ਵੀ, ਮੈਂ ਹਿੰਦੂ ਵੀ ਹੂੰ, ਔਰ ਕਾਬਾ ਮੇ ਜੋ ਸੰਗੇ ਅਸਬਦ ਹੈ, ਵਹੀ ਦੈਰ ਮੇ ਬੁੱਤ ਵੀ ਮੈਂ। ਜ਼ਰਾ ਗੌਰ ਕਰ, ਕਹਿੰਦੇ ਯਹੂਦੀ ਵੀ ਮੈਂ ਹਾਂ, ਮੁਸਲਮਾਨ ਵੀ ਮੈਂ ਹਾਂ, ਹਿੰਦੂ ਵੀ ਮੈਂ ਹਾਂ, ਅਤੇ ਕਾਬੇ 'ਚ ਜਿਹੜਾ ਸੰਗੇ ਅਸਬਦ ਆ ਉਹ ਵੀ ਮੈਂ ਹੀ ਹਾਂ, ਉਹ ਬੁੱਤ ਵੀ ਮੈਂ। ਕਹਿੰਦੇ ਕਿ ਇਹ ਬੜੀ ਖਤਰਨਾਕ ਗੱਲ ਸੀ ਉਸ ਜ਼ਮਾਨੇ 'ਚ। ਕਿਉਂ? ਕਿਉਂਕਿ ਜਿਹੜੇ ਮੁਸਲਮਾਨ ਮੁੱਲਾ ਸੀ ਉਹ ਇਸ ਗੱਲ ਤੋਂ ਨਾਰਾਜ਼ ਹੋ ਗਏ ਕਿ ਇਹ ਤਾਂ ਖੁਦ ਨੂੰ ਹੀ ਉਹ ਕਹਿ ਰਿਹਾ ਹੈ ਜਿਹਨੂੰ, ਹੁਣ ਦੇਖੋ ਸੰਗੇ ਅਸਬਦ ਜਿਹੜਾ ਹੈ ਉਹ ਪੱਥਰ ਹੈ ਜਿਹੜਾ ਕਾਬੇ ਦੇ ਵਿੱਚ ਹੈ, ਜਿਸ ਨੂੰ ਦੁਨੀਆਂ ਸਜਦੇ ਕਰਨ ਜਾਂਦੀ ਹੈ। ਤਾਂ ਉਹ ਕਹਿੰਦੇ ਵੀ ਯਹੂਦੀ ਵੀ ਮੈਂ ਹਾਂ, ਮੁਸਲਮਾਨ ਵੀ ਮੈਂ ਹਾਂ, ਹਿੰਦੂ ਵੀ ਮੈਂ, ਕਾਬੇ 'ਚ ਜਿਹੜਾ ਸੰਗੇ ਅਸਬਦ ਉਹ ਵੀ ਮੈਂ ਹੀ ਹਾਂ।
ਜਰਾ ਗੌਰ ਕਰੋ ਬਾਬਾ ਜੀ, ਕਿਉਂਕਿ ਉਹ ਦੈਰ ਮੈਂ ਬੁੱਤ ਹੈ, ਉਹ ਬੁੱਤ ਹੈ ਕਹਿੰਦੇ, ਜਿਹੜਾ ਪੱਥਰ ਹੈ ਨਾ ਸੰਗੇ ਅਸਮਤ, ਉਹ ਬੁੱਤ ਹੈ, ਤੇ ਇਹ ਕਹਿੰਦੇ ਬੁੱਤ ਨੂੰ ਨਹੀਂ ਪੂਜਣਾ, ਉਹ ਫਕੀਰੇ ਵਰਮਾਉਂਦੇ ਸੀ, ਕਿਉਂਕਿ ਇਹਨਾਂ ਫਕੀਰਾਂ ਦੀਆਂ ਗੱਲਾਂ ਅਲੱਗ ਹੁੰਦੀਆਂ ਹੈ ਬਾਬਾ। ਹੁਣ ਇਹ ਗੱਲਾਂ ਉਸ ਵਕਤ ਦੇ ਹਿਸਾਬ ਨਾਲ ਉਹਨਾਂ ਲੋਕਾਂ ਨੂੰ ਖਤਰਨਾਕ ਲੱਗੀਆਂ, ਜਿਹੜੇ ਮੁਸਲਮਾਨ ਮੁੱਲਾ ਸੀ ਉਹ ਨਾਰਾਜ਼ ਹੋ ਗਏ, ਤਾਂ ਉਸ ਵਕਤ ਫਿਰ ਔਰੰਗਜ਼ੇਬ ਵੀ ਨਾਰਾਜ਼ ਸੀ, ਤਾਂ ਉਹਨੇ ਸਭ ਤੋਂ ਵਧੀਆ ਇਹ ਸੋਚਿਆ ਵੀ ਯਾਰ ਹੁਣ ਸਾਰੇ ਹੀ ਇਸ ਫਕੀਰ ਤੋਂ ਨਾਰਾਜ਼ ਹੈ, ਅਤੇ ਇਹਨਾਂ ਨੂੰ ਸੂਲੀ ਦੇ ਦਿੱਤੀ ਜਾਵੇ, ਕਿਉਂਕਿ ਉਸ ਵਕਤ ਸੂਲੀ ਦੇਣੀ ਬੜੀ ਆਸਾਨ ਸੀ ਕਿਉਂਕਿ ਸਾਰੇ ਹੀ ਖਿਲਾਫ਼ ਹੋ ਗਏ ਸੀ। ਹੁਣ ਜਿਸ ਦਿਨ ਸੈਯਦ ਮੁਹੰਮਦ ਸਾਹਿਬ ਨੂੰ ਸੂਲੀ 'ਤੇ ਚੜ੍ਹਾਉਣ ਲੱਗੇ, ਕਹਿੰਦੇ ਉਸ ਦਿਨ ਸੂਲੀ ਦੀਆਂ ਜਿਹੜੀਆਂ ਸੀੜੀਆਂ ਉਹ ਚੜ੍ਹਦੇ ਪਏ ਸੀ ਨਾ, ਉਹਨਾਂ ਨੇ ਉੱਥੇ ਇੱਕ ਹੋਰ ਗੀਤ ਗਾਇਆ। ਜ਼ਰਾ ਗੌਰ ਕਰਨਾ, ਫਕੀਰ ਦੀ ਮੌਜ ਦੀ ਗੌਰ ਕਰਨਾ, ਕਿ ਸਾਹਮਣੇ ਮੌਤ ਹੈ, ਉਹ ਸੀੜੀਆਂ ਚੜ੍ਹ ਰਹੇ ਹੈ, ਉੱਥੇ ਉਹਨਾਂ ਨੇ ਕੀ ਆਖਰੀ ਗੀਤ ਗਾਇਆ। ਉਹ ਗੀਤ ਦਾ ਮਤਲਬ ਸੀ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਪਛਾਣਦਾ ਹਾਂ ਕਿ ਤੁਸੀਂ ਕੌਣ, ਉਸ ਫਾਂਸੀ ਨੂੰ ਕਹਿ ਰਹੇ ਸੀ, ਕਹਿੰਦੇ ਤੂੰ ਕਿਸੇ ਵੀ ਸ਼ਕਲ ਦੇ ਵਿੱਚ ਆਵੇਂ ਤੇ ਤੂੰ ਮੈਨੂੰ ਧੋਖਾ ਨਹੀਂ ਦੇ ਸਕਦਾ। ਜ਼ਰਾ ਗੌਰ ਕਰਨਾ, ਉਹਨਾਂ ਨੇ ਆਪਣੇ ਆਕਾਸ਼ ਵੱਲ, ਉਸ ਆਸਮਾਨ ਵੱਲ ਨਜ਼ਰ ਕੀਤੀ, ਅੱਖ ਉਠਾਈ, ਉਹਨਾਂ ਨੇ ਕਿਹਾ ਕਿ ਐ ਮੇਰੇ ਪ੍ਰੀਤਮ, ਐ ਮੇਰੇ ਦੋਸਤ, ਅੱਜ ਤੂੰ ਸੂਲੀ ਦੀ ਸ਼ਕਲ 'ਚ ਆਇਆ ਮੈਨੂੰ ਮਿਲਣ ਵਾਸਤੇ। ਜ਼ਰਾ ਗੌਰ ਕਰੋ ਬਾਬਾ ਜੀ, ਫਕੀਰ ਨੂੰ ਸੂਲੀ ਦਿੱਤੀ ਜਾ ਰਹੀ ਹੈ, ਆਖਰੀ ਵਕਤ ਆ ਗਿਆ ਹੈ ਪਰਦਾ ਕਰਨ ਦਾ। ਉਹ ਆਸ਼ਿਕ ਕਹਿ ਰਿਹਾ ਕਿ ਅੱਜ ਤੂੰ ਮੈਨੂੰ ਸੂਲੀ ਦੀ ਸ਼ਕਲ 'ਚ ਮਿਲਣ ਆਇਆ ਮੇਰੇ ਰੱਬਾ, ਉਹ ਮੇਰੇ ਯਾਰ। ਕਹਿੰਦੇ ਅੱਜ ਤੂੰ ਮੈਨੂੰ ਸੂਲੀ ਦੀ ਸ਼ਕਲ 'ਚ ਮਿਲਣ ਆਇਆ, ਪਰ ਇਸ ਗੱਲ ਦਾ ਭਰੋਸਾ ਰੱਖ ਤੂੰ ਕਿ ਤੂੰ ਮੈਨੂੰ ਧੋਖਾ ਨਹੀਂ ਦੇ ਪਾ ਰਿਹਾ। ਜ਼ਰਾ ਗੌਰ ਕਰੋ ਬਾਬਾ ਜੀ, ਕੈਸੇ ਹੋਣਗੇ ਉਹ ਫਕੀਰ, ਸਾਹਮਣੇ ਸੂਲੀ ਹੈ, ਸੂਲੀ ਨੂੰ ਦੇਖ ਕੇ ਕਹਿੰਦੇ ਅੱਜ ਮੇਰਾ ਰੱਬ ਸੂਲੀ ਦੀ ਸ਼ਕਲ 'ਚ ਆਇਆ, ਅਤੇ ਮੈਂ ਉਹਨੂੰ ਕਹਿ ਰਿਹਾ, ਰੱਬ ਨੂੰ ਕਹਿ ਰਿਹਾ, ਆਪਣੇ ਨੂੰ ਫਕੀਰ ਸਾਹਿਬ ਆਪਣੇ ਰੱਬ ਨੂੰ ਕਹਿ ਰਹੇ, ਮੁਹੰਮਦ ਸੈਯਦ ਸਾਹਿਬ, ਉਹ ਕਹਿ ਰਹੇ ਆ ਕਿ ਅੱਜ ਤੂੰ ਸੂਲੀ ਦੀ ਸ਼ਕਲ 'ਚ ਆਇਆ, ਪਰ ਇੱਕ ਗੱਲ ਯਾਦ ਰੱਖੀ, ਤੂੰ ਮੈਨੂੰ ਧੋਖਾ ਨਹੀਂ ਦੇ ਪਾਏਗਾ, ਮੈਂ ਸੂਲੀ ਦੇ ਪਿੱਛੇ ਤੈਨੂੰ ਦੇਖ ਰਿਹਾ, ਇਹ ਤਾਂ ਸੂਲੀ ਮੇਰਾ ਪਰਮ ਸੁਭਾਗਿਆ ਹੈ, ਕਿਉਂਕਿ ਇਹ ਜਿਹੜੀ ਦੇਹ ਹੈ ਇਹ ਤੇਰੇ ਮੇਰੇ ਮਿਲਣ ਦੇ ਵਿੱਚ ਇੱਕ ਦਰਾਰ ਪੈਦਾ ਕਰ ਰਹੀ ਸੀ, ਇੱਕ ਦੀਵਾਰ ਪੈਦਾ ਕਰ ਰਹੀ ਸੀ, ਇੱਕ ਵਾਅਦਾ ਪੈਦਾ ਕਰ ਰਹੀ ਸੀ, ਅੱਜ ਗਿਰ ਜਾਏਗੀ, ਅੱਜ ਡਿੱਗ ਪਵੇ, ਮਿਲਣ ਹੋ ਜਾਏਗਾ ਸਾਡਾ, ਸਾਕਸ਼ਾਤ ਮਿਲਣ ਹੋ ਜਾਏਗਾ, ਬੂੰਦ ਸਮੁੰਦਰ 'ਚ ਗਿਰਨ ਦੀ ਤਿਆਰੀ 'ਚ ਹੈ, ਕਰੀਬ ਆ ਗਿਆ ਉਹ ਵਕਤ। ਜ਼ਰਾ ਗੌਰ ਕਰੋ, ਫਕੀਰ ਸੂਲੀਆਂ ਤੋਂ ਨਹੀਂ ਡਰਦੇ, ਫਕੀਰ ਅਸਲ ਫਕੀਰੇ ਪਰਵਾਹ ਨਹੀਂ ਕਰਦੇ ਜੱਗ ਦੀ ਬਾਬਾ ਜੀ, ਅਤੇ ਆਪਣੇ ਯਾਰ ਜਿਹੜਾ ਰੰਗ ਦੇ ਵਿੱਚ ਆ ਜਾਏ, ਕਹਿੰਦੇ ਸੂਲੀ ਦੇ ਰੰਗ 'ਚ ਆ ਗਿਆ, ਅੱਜ ਮੈਂ ਤੈਨੂੰ ਉਹਨੂੰ ਵੀ ਗੱਲ ਲਾਉਣਾ, ਕਿਉਂਕਿ ਖੁਸ਼ ਹੋਏ। ਉਹ ਕਹਿੰਦੇ ਕਤਰਾ ਮਿਲਾ ਸਮੁੰਦਰ ਸੇ ਸਮੁੰਦਰ ਹੋ ਗਿਆ, ਆਸ਼ਿਕ ਮਿਲਾ ਜੋ ਮੌਤ ਸੇ ਕਲੰਦਰ ਹੋ ਗਿਆ। ਔਰ ਅਸਲੀ ਫਕੀਰ ਹੈ ਕੀ ਹੈ, ਸੰਤ ਤਵ ਦਾ ਅਰਥ ਕੀ ਹੈ, ਸੰਤ ਤਵ ਕੀ ਹੁੰਦਾ, ਕਿ ਜਿੱਥੇ ਅੱਖ ਪਵੇ ਉੱਥੇ ਹੀ ਉਹ ਰੱਬ ਦਿਖਾਈ ਪੜੇ, ਜਿੱਥੇ ਉਹ ਅੱਖ ਪਵੇ ਉੱਥੇ ਹੀ ਯਾਰ ਨਜ਼ਰ ਹੀ ਆਵੇ, ਕਿ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ, ਕੋਈ ਦੁਸ਼ਮਣ ਨਹੀਂ, ਕੋਈ ਸਭ ਆਪਣੇ ਹੀ ਹੈ, ਸਭ ਆਪਣੇ ਹਰ ਜਗ੍ਹਾ, ਕਿਉਂ, ਕਿਉਂਕਿ ਹਰ ਜਗ੍ਹਾ ਰੱਬ ਦੇ ਨਜ਼ਰ ਆ ਰਿਹਾ, ਹਰ ਜਗ੍ਹਾ ਰੱਬ ਨਜ਼ਰ ਆ ਰਿਹਾ। ਉਹ ਇਹ ਨਹੀਂ ਕਹਿੰਦੇ, ਸੰਤ ਤਾਂ ਇਹ ਨਹੀਂ ਹੈ, ਫਕੀਰ ਇਹ ਨਹੀਂ ਹੈ ਜਿਹੜਾ ਕਹਿੰਦਾ ਹੈ ਕਿ ਰੱਬ ਕਿਤੇ ਦੂਰ ਲੁਕਿਆ ਹੋਇਆ,
ਹੰਤਤਵ ਦਾ ਅਰਥ ਤਾਂ ਇਹ ਹੈ, ਫਕੀਰ ਦਾ ਅਰਥ ਤਾਂ ਇਹ ਹੈ ਕਿ ਏਦਾਂ ਦਾ ਕੁਛ ਵੀ ਨਹੀਂ ਹੈ ਜਿੱਥੇ ਰੱਬ ਦਿਖਾਈ ਨਾ ਪਵੇ। ਜ਼ਰਾ ਗੌਰ ਕਰੋ, ਰੱਬ ਹੀ ਤੁਹਾਡੀ ਨਜ਼ਰ ਹੋ ਜਾਵੇ, ਉਹੀ ਹਰ ਪਾਸੇ ਨਜ਼ਰ ਆਵੇ, ਹਵਾ ਦੇ ਹਰ ਝੋਂਕੇ ਵਿੱਚ ਉਹੀ ਨਜ਼ਰ ਆਵੇ, ਸੂਰਜ ਦੀ ਕਿਰਨ ਦੇ ਵਿੱਚ ਉਹੀ ਨਜ਼ਰ ਆਵੇ, ਉਹਦੇ ਪ੍ਰਕਾਸ਼ ਦੇ ਵਿੱਚ ਉਹੀ ਨਜ਼ਰ ਆਵੇ, ਜੀਵਨ ਦੇ ਕਿਸੇ ਵੀ ਰੂਪ ਦੇ ਵਿੱਚ ਉਹ ਛਿਪਿਆ ਹੋਵੇ, ਤੁਹਾਡੀ ਅੱਖ ਇੰਨੀ ਗਹਿਰੀ ਹੋ ਜਾਵੇ, ਇੰਨੀ ਗਹਿਰੀ ਹੋ ਜਾਵੇ ਕਿ ਜਦੋਂ ਤੁਸੀਂ ਦੇਖੋ ਤੁਹਾਨੂੰ ਤੁਹਾਡਾ ਰੱਬ ਨਜ਼ਰ ਹੀ ਆ ਜਾਵੇ, ਤੁਹਾਡਾ ਰੱਬ ਤੁਹਾਨੂੰ ਧੋਖਾ ਦੇ ਹੀ ਨਾ ਸਕੇ। ਬਾਬਾ ਜੀ ਹਰ ਰੰਗ ਦੇ ਵਿੱਚ ਉਹੀ ਹੈ ਨਾ, ਕਹਿੰਦੇ ਹਰ ਰੰਗ ਦੇ ਵਿੱਚ ਆਵੇ ਆ, ਹਰ ਰੰਗ ਦੇ ਵਿੱਚ ਆ, ਫਿਰ ਉਹ ਰੱਬ ਉਹ ਪਿਆਰਾ ਉਹ ਪ੍ਰੀਤਮ ਚਾਹੇ ਸੂਲੀ ਦੀ ਸ਼ਕਲ 'ਚ ਆਵੇ, ਚਾਹੇ ਸੂਲੀ ਦੀ ਸ਼ਕਲ 'ਚ ਆਵੇ। ਔਰ ਜਿਹੜਾ ਫਕੀਰ ਹੋਵੇਗਾ ਉਸ ਨੂੰ ਦੇਖ ਲੈਂਦੇ ਆ ਬਾਬਾ ਜੀ, ਉਹ ਫਕੀਰ ਸੂਲੀ 'ਚ ਵੀ ਰੱਬ ਦੇਖ ਲੈਂਦੇ, ਕਿਉਂਕਿ ਰੱਬ ਜਿਹੜਾ ਹੈ ਉਹ ਇੱਕ ਨਜ਼ਰ ਹੀ ਤਾਂ ਹੈ ਬਾਬਾ ਜੀ। ਸੰਸਾਰ ਕੀ ਹੈ? ਸੰਸਾਰ 'ਚ ਤਾਂ ਇਹੀ ਹੈ, ਆਸਤਿਕ ਨੂੰ ਵੀ, ਨਾਸਤਿਕ ਨੂੰ ਵੀ, ਗਿਆਨੀ ਨੂੰ ਵੀ, ਅਗਿਆਨੀ ਨੂੰ ਵੀ, ਸੰਸਾਰ ਤਾਂ ਇਹੀ ਹੈ। ਜ਼ਰਾ ਗੌਰ ਕਰੋ, ਕਿਉਂਕਿ ਸੰਸਾਰ ਤਾਂ ਉਹੀ ਹੈ, ਸੰਸਾਰ ਨਹੀਂ ਬਦਲਿਆ, ਇਹ ਜਿਹੜਾ ਦੁਨੀਆ ਹੈ ਇਹ ਨਹੀਂ ਬਦਲੀ, ਇਹ ਇੱਦਾਂ ਹੀ ਚੱਲ ਰਹੀ ਹੈ। ਆਸਤਿਕ ਵੀ ਇੱਥੇ, ਉਹਦੇ ਲਈ ਵੀ ਇਹੀ ਸੰਸਾਰ ਹੈ, ਨਾਸਤਿਕ ਲਈ ਵੀ ਇਹੀ ਸੰਸਾਰ ਹੈ, ਗਿਆਨੀ ਲਈ ਵੀ, ਅਗਿਆਨੀ ਲਈ ਵੀ, ਸੰਸਾਰ ਤਾਂ ਇਹੀ ਹੈ। ਜਿਹੜਾ ਆਨੰਦ ਦੇ ਵਿੱਚ, ਜਿਹੜਾ ਉਸ ਆਨੰਦ ਦੇ ਵਿੱਚ ਉੱਠ ਕੇ ਨੱਚ ਰਿਹਾ, ਕਹਿੰਦਾ ਨਾ ਬੁੱਲਾ ਨੱਚਿਆ, ਬੁੱਲਾ ਨੱਚਿਆ ਇਸ਼ਕ ਦੇ ਸਾਜ਼ਾਂ ਦੇ, ਯਾਰ ਮਨਾਉਣ ਵਾਸਤੇ ਜਿਹੜਾ ਨੱਚ ਰਿਹਾ ਉਹਦੇ ਲਈ ਵੀ ਇਹੀ ਸੰਸਾਰ ਹੈ, ਜਿਹੜਾ ਦੁਖੀ ਹੋ ਕੇ ਦੁੱਖਾਂ ਦੇ ਵਿੱਚ ਡੁੱਬਿਆ ਪਿਆ ਉਹਦੇ ਲਈ ਵੀ ਇਹੀ ਸੰਸਾਰ ਹੈ। ਇਹ ਸੰਸਾਰ ਦੀ ਵਿਆਖਿਆ ਕਿਹਨਾਂ ਨੇ ਬਣਾਈ ਹੈ? ਲੋਕਾਂ ਨੇ ਬਣਾਈ ਹੈ। ਕਿਸੇ ਲਈ ਨਰਕ, ਕਿਸੇ ਨੂੰ ਨਰਕ ਲੱਗਦਾ ਹੈ, ਕਿਸੇ ਨੂੰ ਸਵਰਗ ਲੱਗਦਾ ਹੈ, ਪਰ ਉਹ ਫਕੀਰ ਕੀ ਕਹਿੰਦੇ? ਉਹ ਫਕੀਰ ਤਾਂ ਕਹਿੰਦੇ ਹੈ ਕਿ ਹਰ ਜਗ੍ਹਾ ਉਹ ਮਾਲਕ ਵਸਦਾ, ਕਿ ਚਾਹੇ ਨਰਕ ਦੇਖ ਲਓ ਚਾਹੇ ਸਵਰਗ ਦੇਖ ਲਓ, ਸਾਡੇ ਲਈ ਤਾਂ ਹਰ ਕਿਤੇ ਯਾਰ ਹੀ ਯਾਰ ਹੈ ਸਾਡਾ, ਸਾਨੂੰ ਤਾਂ ਸੂਲੀ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਸਾਨੂੰ ਤਾਂ ਪੱਤੇ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਟਾਣੇ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਖਰਬੂਜੇ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਹਦਵਾਣੇ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਠੇਕੇ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਥਾਣੇ ਵਿੱਚ ਵੀ ਉਹ ਨਜ਼ਰ ਆਉਂਦਾ ਹੈ, ਨਿਆਣੇ ਵਿੱਚ ਵੀ ਉਹੀ ਨਜ਼ਰ ਆਉਂਦਾ, ਸਿਆਣੇ ਵਿੱਚ ਵੀ ਉਹੀ ਨਜ਼ਰ ਆਉਂਦਾ, ਬਾਣੀ ਵਿੱਚ ਵੀ ਉਹੀ ਨਜ਼ਰ ਆਉਂਦਾ, ਬਾਣੇ ਵਿੱਚ ਵੀ ਉਹੀ ਨਜ਼ਰ ਆਉਂਦਾ, ਪੈਂਦੀ ਹਰ ਥਾਂ ਤੇਰੀ ਜਾਤ। ਔਰ ਇਹੀ ਹੁੰਦੇ ਆ ਕਾਮਲ ਮੁਰਸ਼ਦ, ਕਾਮਲ ਫਕੀਰ। ਬਾਬਾ ਜੀ ਐਸੀ ਦ੍ਰਿਸ਼ਟੀ ਦੇ ਮਾਲਕ ਹੁੰਦੇ ਆ, ਐਸੀ ਨਜ਼ਰ ਦੇ ਮਾਲਕ ਹੁੰਦੇ ਆ ਕਿ ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਹੀ ਪਾ ਲੈਂਦੇ। ਔਰ ਅਸਲ ਫਕੀਰੀ ਵੀ ਇਹੀ ਹੈ, ਅਸਲ ਫਕੀਰੀ ਵੀ ਇਹੀ ਹੈ। ਸੋ ਐਸੇ ਫਕੀਰ ਸੀ ਬਾਬਾ ਜੀ ਮੁਹੰਮਦ ਸੈਯਦ ਸਾਹਿਬ, ਕੈਸੇ ਹੋਣਗੇ ਉਹ ਫਕੀਰ ਜਿਨ੍ਹਾਂ ਦੇ ਸਾਹਮਣੇ ਮੌਤ ਖੜੀ ਹੈ, ਔਰ ਉਹਨੂੰ ਵੀ ਕਹਿ ਰਹੇ ਆ ਗਿਆ ਰੱਬਾ ਤੂੰ ਅੱਜ ਸੂਲੀ ਦੇ ਰੂਪ 'ਚ ਆ ਗਿਆ, ਲਿਆ ਗੱਲ ਆ ਫਟਾਫਟ, ਆ ਜਿਹੜਾ ਸਰੀਰ ਦੀ ਜਿਹੜੀ ਦੀਵਾਰ ਹੈ ਇਹ ਵੀ ਹਟਾ ਅਤੇ ਮੈਨੂੰ ਸੀਨੇ ਲਾ, ਕਿਉਂਕਿ ਅੱਜ ਸਮੁੰਦਰ 'ਚ ਇਸ ਬੂੰਦ ਦੇ ਮਿਲਣ ਦਾ ਵਕਤ ਆ ਗਿਆ। ਉਹ ਇਸ਼ਕ ਵਾਲਿਆਂ ਦੀਆਂ ਬਾਤਾਂ, ਇਹ ਫਕੀਰਾਂ ਦੀਆਂ ਬਾਤਾਂ, ਕਿਉਂਕਿ ਜੋਗੀਆਂ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚੋਂ ਮੈਨੂੰ ਤੂੰ ਦਿਸਦਾ, ਜੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਹੀ ਦਿਸਦਾ। ਸੋ ਸਾਰਿਆਂ ਨੂੰ ਸਲਾਮ ਹੈ, ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ ਮਾਫ਼ੀ ਦਾ ਹੱਕਦਾਰ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਜੈ ਸਾਈਂ ਜੀ ਦੀ, ਮਿਹਰ ਸਾਈਂ ਜੀ, ਦਾਤਾ ਸਭ ਦਾ ਭਲਾ ਕਰੇ ਜੀ, ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਦੀ ਜੈ ਜੈਕਾਰ ਆ ਬਾਬੇ, ਸਭ ਨੂੰ ਸਲਾਮ।